ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਦੇ ਹਾਂ ਕੰਪਿਊਟਰ ਗ੍ਰਾਹਕ ਕੰਮ ਕਿਵੇਂ ਕਰਦਾ। ਸਾਰਿਆਂ ਨੂੰ ਪਤਾ ਹੀ ਹੈ ਕਿ ਕੰਪਿਊਟਰ ਗ੍ਰਾਹਕ ਕੀ ਚੀਜ਼ ਹੈ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦੇ ਕਿ ਕੰਪਿਊਟਰ ਗ੍ਰਾਹ ਨਾਲ ਆਪਾਂ ਜ਼ਮੀਨ ਦਾ ਲੇਬਲ ਇੱਕੋ ਜਿਹਾ ਕਰ ਸਕਦੇ ਹਾਂ। ਅਤੇ ਆਪਾਂ ਹੁਣ ਵੀਡੀਓ ਸਟਾਰਟ ਕਰਦੇ ਹਾਂ। ਕੰਪਿਊਟਰ ਗ੍ਰਾਹ ਵਿੱਚ ਬਹੁਤ ਸਾਰੇ ਪਾਰਟ ਹੁੰਦੇ ਨੇ, ਜਿਵੇਂ ਟਰਾਂਸਮੀਟਰ, ਲੇਜ਼ਰ ਸੀਵਰ, ਬਕਟ, ਕੰਟਰੋਲ ਪੈਨਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਟਰਾਂਸਮੀਟਰ ਦੀ। ਤੁਸੀਂ ਬਹੁਤ ਵਾਰੀ ਖੇਤਾਂ ਵਿੱਚ ਕੰਪਿਊਟਰ ਗ੍ਰਾਹ ਲੱਗਦਾ ਦੇਖਿਆ ਹੋਊ, ਜੋ ਸਟੈਂਡ ਦੇ ਉੱਪਰ ਲੱਗਿਆ ਹੁੰਦਾ ਹੈ ਉਸ ਨੂੰ ਟਰਾਂਸਮੀਟਰ ਬੋਲਦੇ ਆ। ਟਰਾਂਸਮੀਟਰ ਵਿੱਚੋਂ ਲੇਜ਼ਰ ਨਿਕਲਦੀਆਂ ਜੋ ਆਪਾਂ ਨੂੰ ਨਹੀਂ ਦਿਖਦੀਆਂ। ਲੇਜ਼ਰ ਨੂੰ ਲੇਜ਼ਰ ਰਿਸੀਵਰ ਰਿਸੀਵ ਕਰਦਾ ਹੈ ਜੋ ਕਰਾਹ ਦੇ ਉੱਪਰ ਲੱਗਿਆ ਹੁੰਦਾ। ਅਤੇ ਜੋ ਟਰੈਕਟਰ ਦੇ ਉੱਪਰ ਲੱਗਿਆ ਹੁੰਦਾ ਉਸ ਨੂੰ ਕੰਟਰੋਲ ਪੈਨਲ ਬੋਲਦੇ ਆ, ਅਤੇ ਉਸ ਨਾਲ ਆਪਾਂ ਕਰਾਹ ਨੂੰ ਉੱਤੇ ਥੱਲੇ ਕਰ ਸਕਦੇ ਹਾਂ। ਅਤੇ ਆਪਾਂ ਹੁਣ ਵੀਡੀਓ ਨਾਲ ਸਮਝਦੇ ਹਾਂ। ਜਦੋਂ ਵੀ ਟਰੈਕਟਰ ਉੱਚੀ ਜਾਂ ਨੀਵੀਂ ਜਗ੍ਹਾ 'ਤੇ ਜਾਂਦਾ ਅਤੇ ਟਰਾਂਸਮੀਟਰ ਦੀ ਲੇਜ਼ਰ ਨਾਲ ਕਰਾਹ ਉਸੇ ਜਗ੍ਹਾ 'ਤੇ ਮੈਂਟੇਨ ਰਹਿੰਦਾ ਜਿਸ ਜਗ੍ਹਾ 'ਤੇ ਆਪਾਂ ਕੰਟਰੋਲ ਪੈਨਲ ਨਾਲ ਸੈੱਟ ਕੀਤਾ ਹੋਵੇ। ਕਰਾਹ ਉੱਚੀ ਜਗ੍ਹਾ ਤੋਂ ਮਿੱਟੀ ਚੱਕ ਕੇ ਨੀਵੀਂ ਜਗ੍ਹਾ 'ਤੇ ਲੈ ਜਾਂਦਾ ਜਿਸ ਨਾਲ ਆਪਣੀ ਜ਼ਮੀਨ ਪੱਧਰ ਹੋ ਜਾਂਦੀ ਆ। ਇਸ ਵੀਡੀਓ 'ਤੇ ਏਮ ਕਰਦੇ ਹਾਂ 100 ਲਾਈਕ। ਅਗਰ ਇਸ ਵੀਡੀਓ ਨੂੰ 100 ਲਾਈਕ ਆਉਂਦਾ ਤਾਂ ਆਪਾਂ ਐਵੇਂ ਦੀਆਂ ਵੀਡੀਓਜ਼ ਹੋਰ ਵੀ ਲੈ ਕੇ ਆਵਾਂਗੇ। ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।